ਤੁਸੀਂ ਪੁਰਾਣੀਆਂ ਮੈਗਜ਼ੀਨਾਂ ਅਤੇ ਕੈਂਚੀ ਦੀ ਮਦਦ ਨਾਲ ਬਹੁਤ ਹੀ ਸੁੰਦਰ ਕੀੜੇ ਬਣਾ ਸਕਦੇ ਹੋ। ਇਹ ਕੀੜੇ ਸ੍ਰੀ ਸ਼ਾਸਤਰੀ ਵੱਲੋਂ ਤਿਆਰ ਕੀਤੇ ਗਏ ਹਨ। ਇੱਕ ਚਕੋਰ ਕਾਗਜ਼ ਲਓ ਅਤੇ ਉਸ ਨੂੰ ਦੋ ਹਿੱਸਿਆਂ ਵਿੱਚ ਮੋੜ ਲਓ। ਪਹਿਲਾਂ ਸਿਰਫ ਅੱਧਾ ਕੀੜਾ ਹੀ ਕਾਗਜ਼ ਉੱਪਰ ਬਣਾਓ। ਕੀੜੇ ਦਾ ਸਿਰ, ਅੱਗੇ ਵਾਲੀਆਂ ਲੱਤਾਂ, ਐਂਟੀਨਾ, ਖੰਭ, ਪਿਛਲੀਆਂ ਲੱਤਾਂ ਅਤੇ ਅਖੀਰ ਵਿੱਚ ਉਸਦੀ ਪੂੰਛ ਬਣਾਓ। ਫਿਰ ਕੀੜੇ ਨੂੰ ਕੈਂਚੀ ਰਾਹੀਂ ਕੱਟੋ। ਪਹਿਲਾਂ ਸਿਰ ਕੱਟੋ, ਫਿਰ ਐਂਟੀਨਾ, ਫਿਰ ਅੱਗੇ ਵਾਲੀਆਂ ਲੱਤਾਂ ਅਤੇ ਇਸ ਤਰ੍ਹਾਂ ਕੱਟਦੇ ਰਹੋ। ਅਖੀਰ ਵਿੱਚ ਉਸਦੇ ਖੰਭ, ਪਿਛਲੀਆਂ ਲੱਤਾਂ ਅਤੇ ਫਿਰ ਪੂੰਛ ਵੀ ਕੱਟੋ। ਅੱਖਾਂ ਦੇ ਲਈ ਦੋ ਬਿੰਦੂ ਲਗਾਓ ਅਤੇ ਕੀੜੇ ਨੂੰ ਖੜਾ ਕਰੋ। ਕੀ ਇਹ ਦੇਖਣ ਨੂੰ ਸੋਹਣਾ ਨਹੀਂ ਲੱਗਦਾ? ਤੁਸੀਂ ਲੱਤਾਂ ਨੂੰ ਖੜਾ ਜਿਹਾ ਥੋੜ੍ਹਾ ਜਿਹਾ ਹਿਲਾ ਵੀ ਸਕਦੇ ਹੋ ਤਾਂ ਕਿ ਇਹ ਅਸਲੀ ਲੱਗਣ। ਹੁਣ ਇੱਕ ਪੁਰਾਣੀ ਮੈਗਜ਼ੀਨ ਦਾ ਕਾਗਜ਼ ਲਓ। ਡਿਜ਼ਾਈਨ ਵਾਲੇ ਕਾਗਜ਼ ਨਾਲ ਬਹੁਤ ਸੋਹਣਾ ਕੀੜਾ ਬਣਾਓ। ਕਾਗਜ਼ ਨੂੰ ਦੋ ਹਿੱਸਿਆਂ ਵਿੱਚ ਮੋੜ ਲਓ ਅਤੇ ਸਿੱਧਾ ਕੀੜਾ ਕੱਟਣਾ ਸ਼ੁਰੂ ਕਰ ਦਿਓ। ਪਹਿਲਾਂ ਸਿਰ ਕੱਟੋ, ਫਿਰ ਐਂਟੀਨਾ, ਫਿਰ ਅਗਲੀਆਂ ਲੱਤਾਂ, ਖੰਭ, ਪਿਛਲੀਆਂ ਲੱਤਾਂ ਅਤੇ ਫਿਰ ਪੂੰਛ। ਅਖੀਰ ਵਿੱਚ ਇਸ ਨੂੰ ਤੁਹਾਨੂੰ ਬਹੁਤ ਹੀ ਸੁੰਦਰ ਰੰਗਦਾਰ ਅੱਖਾਂ ਵਾਲਾ ਕੀੜਾ ਮਿਲੇਗਾ। ਇਸ ਤਰ੍ਹਾਂ ਤੁਸੀਂ ਅਲੱਗ ਅਲੱਗ ਰੰਗਾਂ ਦੇ ਕੀੜਿਆਂ ਦਾ ਅਜਾਇਬ ਘਰ ਬਣਾ ਸਕਦੇ ਹੋ। ਇਹ ਸਾਰੇ ਕੀੜੇ ਤੁਸੀਂ ਬੇਕਾਰ ਸੁੱਟਣ ਵਾਲੇ ਪੁਰਾਣੇ ਮੈਗਜ਼ੀਨਾਂ ਦੇ ਕਾਗਜ਼ਾਂ ਨਾਲ ਬਣਾ ਸਕਦੇ ਹੋ।